ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਸ਼੍ਰਟ ਟੀਵੀਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਰਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ ਲੰਘੇ ਕੱਲ ਪੰਜਾਬ ਦੇ ਵਿੱਚ ਤਿੱਖੜ ਧੁੱਪ ਨਿਕਲੀ ਹੈ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ ਕੁਝ ਦਿਨਾਂ ਤੱਕ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਹੈ ਨਹੀਂ ਹਾਲਾਂਕਿ ਦੋ ਤਿੰਨ ਪਿੰਡਾਂ ਤੋਂ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਉੱਥੇ ਕਣੀਆਂ ਪਈਆਂ ਪਰ ਜੇਕਰ ਪੂਰੇ ਪੰਜਾਬ ਦੀ ਗੱਲ ਕਰਦੇ ਹਾਂ ਗਰਮੀ ਦੇ ਕਰਕੇ ਤਪ ਰਿਹਾ ਪੰਜਾਬ ਦੇ ਵਿੱਚ ਵਿਸਾਖ ਦੇ ਇਸ ਮਹੀਨੇ ਦੇ ਵਿੱਚ ਜਿਸ ਤਰੀਕੇ ਨਾਲ ਗਰਮੀ ਪੈ ਰਹੀ ਹੈ ਇਹ ਆਮ ਤੌਰ ਦੇ ਉਤੇ ਮਈ ਮਹੀਨੇ ਦੇ ਪਹਿਲੇ ਜਾਂ ਦੂਜੇ ਹਫਤੇ ਦੇ ਵਿੱਚ ਪੈਂਦੀ ਹੁੰਦੀ ਹੈ ਪਰ ਐਤਕੀ ਗਰਮੀ ਨੇ ਪੰਜਾਬ ਦੇ ਵਿੱਚ ਵਟ ਕੱਢ ਦੇਣੇ ਆ ਮੌਸਮ ਵਿਭਾਗ ਦਾ ਇਹ ਕਹਿਣਾ ਮੰਡੀਆਂ ਦੇ ਵਿੱਚ ਕਣਕ ਦੇ ਅੰਬਾਰ ਲੱਗੇ ਪਏ ਆ ਲਿਫਟਿੰਗ ਦੇ ਕੰਮ ਪ੍ਰਭਾਵਿਤ ਹੋਣ ਦੇ ਕਰਕੇ ਕਿਸਾਨ ਖੱਜਲ ਖੁਆਰੀ ਮਹਿਸੂਸ ਕਰ ਰਹੇ ਆ ਉਧਰ ਕਿਸਾਨਾਂ ਦੇ ਉੱਤੇ ਇਹ ਗੱਲ ਦੋਸ਼ ਦੇ ਰੂਪ ਦੇ ਵਿੱਚ ਵੀ ਹੈ ਤੇ ਇੱਕ ਗੱਲ ਸੱਚ ਵੀ ਹੈ ਕਿ ਅਡਾਨੀਆਂ ਦੇ ਸਾਈਲੋ ਪਲਾਟ ਦੇ ਵੱਲੇ ਟਰਾਲੀਆਂ ਦੀ ਗਿਣਤੀ ਵੱਧ ਰਹੀ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਗੈਰਤ ਨਾ ਮਰੇ ਅਸੀਂ ਇਹ ਚਾਹੁੰਦੇ ਹਾਂ ਕਿ 2 4 5000 ਰੁਪਏ ਦੇ ਫਾਇਦੇ ਪਿੱਛੇ ਅਸੀਂ ਜੋ ਕੁਝ ਅਤੀਤ ਦੇ ਵਿੱਚ ਸੰਘਰਸ਼ ਦੇ ਵਿੱਚੋਂ ਖਟਿਆ ਉਹਨੂੰ ਨਾ ਵਿਸਾਰਿਆ ਜਾਵੇ ਬਾਕੀ ਸਭ ਦੀ ਆਪੋ ਆਪਣੀ ਮਰਜ਼ੀ ਹੈ ਮੌਸਮ ਵਿਭਾਗ ਨੇ ਕਿਹਾ ਕਿ ਆਉਂਦੇ 48 ਘੰਟਿਆਂ ਦੇ ਵਿੱਚ ਮੌਸਮ ਪੰਜਾਬ ਦਾ ਗਰਮ ਤੇ ਖੁਸ਼ਕ ਰਹਣਾ ਬਹੁਤ ਸਾਰੀਆਂ ਗੱਲਾਂ ਸਮੇਂ-ਸਮੇਂ ਦੇ ਉੱਤੇ ਸਾਹਮਣੇ ਆਉਂਦੀਆਂ ਜੋਪੀ ਦੀ ਗੱਲ ਕਰੀਏ ਬਿਹਾਰ ਦੀ ਗੱਲ ਕਰੀਏ ਹੋਰ ਕਈ ਸੂਬੇ ਭਾਰਤ ਦੇ ਇਹੋ ਜਿਹੇ ਆ ਜਿੱਥੇ ਜਾਤ ਆਧਾਰਿਤ ਰਾਜਨੀਤੀ ਧਰਮ ਆਧਾਰਿਤ ਰਾਜਨੀਤੀ ਸਿਖਰ ਦੇ ਉੱਤੇ ਆ ਉਹਨਾਂ ਸੂਬਿਆਂ ਦੇ ਵਿੱਚ ਰੋਟੀਆਂ ਪਕਦਣਗੇ ਸਿਆਸੀ ਤੌਰ ਦੇ ਉੱਤੇ ਇਹ ਗੱਲਾਂ ਕਹਿ ਕੇ ਆ ਕਿ ਫਲਾਣੀ ਜਾਤ ਨੂੰ ਅਸੀਂ ਆਦੇ ਦੇਾਂਗੇ ਤੇ ਫਲਾਣੇ ਭਾਈਚਾਰੇ ਦੇ ਵਿੱਚੋਂ ਫਲਾਣਾ ਦੇਵਤਾ ਸੀ ਫਲਾਣੀ ਜਾਤ ਦੇ ਵਿੱਚੋਂ ਫਲਾਣਾ ਦੇਵਤਾ ਸੀ ਤੇ ਲੋਕ ਵੀ ਇਸ ਗੱਲ ਦੇ ਉੱਤੇ ਖੁਸ਼ ਹੋ ਜਾਂਦੇ ਲੋਕਾਂ ਦਾ ਬૌਧਿਕ ਪੱਧਰ ਉੱਚਾ ਹੋਣਾ ਚਾਹੀਦਾ ਲੋਕ ਇਹਨਾਂ ਮਸਲਿਆਂ ਦੇ ਬਾਰੇ ਸੋਚਣ ਅੱਜ ਜੇਕਰ ਦਸਾਂ ਗੁਰੂ ਸਹਿਬਾਨਾਂ ਦੇ ਬਾਰੇ ਕੋਈ ਇਹੋ ਜਿਹੀ ਟਿੱਪਣੀ ਕਰੇ ਉਦੇ ਉੱਤੇ ਵੀ ਸਾਨੂੰ ਦੁੱਖ ਹੋਊਗਾ ਜੇਕਰ ਕੋਈ ਦੇਵੀ ਦੇਵਤਾ ਨੇ ਬਾਰੇ ਟਿੱਪਣੀ ਕਰਦਾ ਕਿ ਫਲਾਣਾ ਫਲਾਣੀ ਜਾਤ ਦੇ ਵਿੱਚੋਂ ਅਸੀਂ ਫਲਾਣਾ ਫਲਾਣੇ ਧਰਮ ਦੇ ਵਿੱਚੋਂ ਅਸੀਂ ਇਹਦੇ ਉੱਤੇ ਵੀ ਦੁੱਖ ਹੁੰਦਾ ਜੇਕਰ 크੍ਰਿਸਚਨ ਭਾਈਚਾਰੇ ਦੇ ਬਾਰੇ ਕੋਈ ਇਹੋ ਜਿਹੀ ਗੱਲ ਹੋਵੇ ਕਿ ਫਲਾਣੇ ਥਾਂ ਦੇ ਉੱਤੇ ਆ ਗੱਲ ਹੋਈ ਸੀ ਫਲਾਣੀ ਥਾਂ ਦੇ ਉੱਤੇ ਆ ਗੱਲ ਹੋਈ ਸੀ ਇਹਨਾਂ ਮੁੱਦਿਆਂ ਦੀ ਥਾਂ ਦੇ ਉੱਤੇ ਬਹੁਤ ਵੱਡੇ ਵੱਡੇ ਮੁੱਦੇ ਇਹੋ ਜਿਹੇ ਆ ਜਿਹੜੇ ਕਿ ਚੋਣ ਮੈਨੀਫੈਸਟੋ ਦੇ ਵਿੱਚ ਕੱਲਾ ਕੱਲਾ ਕਰਕੇ ਜ਼ਿਕਰ ਕੀਤਾ ਗਿਆ ਉਦੋਂ ਫਿਕਰ ਵੀ ਕੀਤਾ ਗਿਆ ਪਰ ਬਾਅਦ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ ਸੋ ਇਸ ਵਕਤ ਕੱਲੇ ਯੂਪੀ ਦੀ ਗੱਲ ਕਰਗੇ ਯੂ ਤਖ਼ਦੀਮਪੁਰ ਖੀਰੀ ਵਾਲਾ ਕਾਂਡ ਆ ਉਹਦੇ ਬਾਰੇ ਤੱਕ ਸੇਡਾ ਖਿਆਲ ਨਹੀਂ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਆਸ਼ੀਸ਼ ਮਿਸ਼ਰਾ ਦੀ ਜਿਸ ਤਰੀਕੇ ਨਾਲ ਜ਼ਮਾਨਤ ਰੱਦ ਕੀਤੀ ਗਈ ਹੈ ਜਿਵੇਂ ਇਹ ਗੱਲ ਕਹੀ ਗਈ ਹੈ ਕਿ ਇਲਾਹਾਬਾਦ ਦੀ ਹਾਈ ਕੋਰਟ ਦੇ ਵੱਲੋਂ ਕਾੜੀ ਦੇ ਵਿੱਚ ਅਜੇ ਮਿਸ਼ਰਾ ਟੈਣੀ ਦੇ ਪੁੱਤ ਨੂੰ ਜ਼ਮਾਨਤ ਦਿੱਤੀ ਗਈ ਹੈ ਇਹਦੇ ਉੱਤੇ ਕੋਈ ਕਿਉਂ ਨਹੀਂ ਬੋਲਦਾ ਕਿ ਇਸ ਮੁੱਦੇ ਦੇ ਉੱਤੇ ਬੋਲਣਾ ਅੱਜ ਜ਼ਰੂਰੀ ਹੈ ਭਾਜਪਾ ਦੇ ਨੇਤਾਵਾਂ ਨੂੰ ਇਸ ਮੁੱਦੇ ਦੇ ਉੱਤੇ ਆਪਣਾ ਵਿਚਾਰ ਦੇਣਾ ਚਾਹੀਦਾ ਜਾਂ ਇਸ ਮੁੱਦੇ ਦੇ ਉੱਤੇ ਬੋਲਣਾ ਚਾਹੀਦਾ ਕਿ ਹਨੂਮਾਨ ਜੀ ਕਿਹੜੇ ਧਰਮ ਦੇ ਵਿੱਚੋਂ ਸੀ ਤੇ ਕਿਹੜੀ ਜਾਤ ਦੇ ਵਿੱਚੋਂ ਸਨ ਸੋ ਮੁੱਦੇ ਜਿਹੜੇ ਅਸਲ ਆ ਉਹਨਾਂ ਦੇ ਵੱਲੋਂ ਧਿਆਨ ਕਿਵੇਂ ਦਰਕਰਨ ਕੀਤਾ ਜਾਂਦਾ ਹੁਣ ਇਸ ਮੁੱਦੇ ਦੇ ਉੱਤੇ ਉੱਥੇ ਬਹੁਤ ਵੱਡਾ ਮੁੱਦਾ ਨਵਾਂ ਖੜਾ ਹੋ ਰਿਹਾ ਕਿਉਂਕਿ ਉੱਥੇ ਵਾਰ-ਵਾਰ ਇਹ ਗੱਲ ਕੇ ਜ਼ਿਕਰ ਸਤਾ ਦੀ ਚਾਬੀ ਤੁਹਾਡੇ ਹੱਥ ਦੇ ਵਿੱਚ ਹੈ ਤਾਂ ਫਿਰ ਕਾਨੂੰਨ ਵੀ ਤੁਹਾਡੇ ਹੱਥ ਦੇ ਵਿੱਚ ਆ ਗਿਆ ਸੋ ਇਹਨਾਂ ਮੁੱਦਿਆਂ ਨੂੰ ਦਰਕੀਦਾਰ ਨਾ ਕੀਤਾ ਜਾਵੇ ਭਾਰਤ ਦੇ ਵਿੱਚ ਇਹਨਾਂ ਮੁੱਦਿਆਂ ਦਾ ਖਿਆਲ ਕੀਤਾ ਜਾਵੇ ਯੂਪੀ ਦੇ ਵਿੱਚ ਬਹੁਤ ਕੁਝ ਹੋ ਵਾਪਰ ਰਿਹਾ यूपी ਦੇ ਵਿੱਚ ਕਿਸਾਨ ਇੱਕ ਵਾਰ ਫਿਰ ਉੱਠਣ ਦੀ ਕੋਸ਼ਿਸ਼ ਕਰ ਰਹੇ ਆ। यूपी ਦੇ ਵਿੱਚ ਕਿਸਾਨਾਂ ਦੇ ਵੱਡੇ ਹਿੱਸੇ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜੋ ਕੁਝ ਸਾਨੂੰ ਅੰਦੋਲਨ ਮਕਾਉਣ ਦੇ ਮੌਕੇ ਕਿਹਾ ਗਿਆ ਸੀ, ਜਿਹੜੇ ਵਾਅਦੇ ਕੀਤੇ ਗਏ ਸਨ, ਉਹਨਾਂ ਨੂੰ ਪੂਰਾ ਨਹੀਂ ਕੀਤਾ ਗਿਆ। ਪਹਿਲਾਂ ਉਹਨਾਂ ਵੱਲ ਖਿਆਲ ਕੀਤਾ ਜਾਵੇ, ਉਹਨਾਂ ਮੁੱਦਿਆਂ ਦੇ ਵੱਲ ਖਿਆਲ ਕਰਨੀ ਥਾਂ ਦੇ ਉੱਤੇ। ਭਾਰਤ ਦੇ ਲੋਕਾਂ ਦਾ ਧਿਆਨ ਮਹਿੰਗਾਈ ਤੋਂ ਪਰੇ ਕਰਨ ਦੇ ਲਈ ਇਹ ਸਾਰੇ ਮੁੱਦੇ ਜਾਣਬੁੱਝ ਕੇ ਖੜੇ ਕੀਤੇ ਜਾ ਰਹੇ ਆ। ਲੋਕਾਂ ਨੂੰ ਇਹਨਾਂ ਮੁੱਦਿਆਂ ਦੇ ਉੱਤੇ ਲੜਦਾਨੀ ਚਾਹੀਦਾ। ਪਿਛਲੇ ਦਿਨੀ ਆਪਾਂ ਜਾਣਦੇ ਆ ਕਿ ਦਿੱਲੀ ਦੇ ਇੱਕ ਹਿੱਸੇ ਦੇ ਵਿੱਚ ਕਿਸ ਤਰੀਕੇ ਦੇ ਦੰਗੇ ਹੋਏ ਆ ਉਹਨਾਂ ਗੱਲਾਂ ਨੂੰ ਅਸੀਂ ਕਿਉਂ ਭੁੱਲਦੇ ਆ ਕਿ ਅਸੀਂ ਆਪਣਾ ਇਨ੍ਹਾਂ ਮੁੱਦਿਆਂ ਦੇ ਉੱਤੇ ਕੀ ਕੁਝ ਗਵਾ ਚੁੱਕੇ ਆ ਤੇ ਕੀ ਕੁਝ ਗਵਾ ਸਕਦੇ ਆ ਸੋ ਰਾਜਨੀਤਿਕ ਲੋਕਾਂ ਦੇ ਪਿੱਛੇ ਲੱਗਣ ਤੋਂ ਗੁਰੇਜ਼ ਕਰਨਾ ਚਾਹੀਦਾ ਜਿਹੜੇ ਕਿ ਹਰ ਰੋਜ਼ ਕੋਈ ਨਾ ਕੋਈ ਨਵੀਂ ਚਾਲ ਚਲਦੇ ਆ ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀ ਤੇ ਅੱਜ ਫੇਰ ਉਹ ਜ਼ਿਕਰ ਕਰਨਾ ਬਣਦਾ ਹੈ ਕਿ ਨਵਜੋਤ ਸਿੰਘ ਸਿੱਧੂ ਰਾਜਾ ਵੜਿੰਗ ਨਾਲ ਵੀ ਗੁੱਸੇ ਆ ਨਵਜੋਤ ਸਿੰਘ ਸਿੱਧੂ ਮੰਨਣ ਦਾ ਨਾਂ ਨਹੀਂ ਲੈ ਰਹੇ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੇ ਲਈ ਹਾਈ ਕਮਾਂਡ ਦੇ ਵੱਲੋਂ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਪ੍ਰਤਾਪ ਸਿੰਘ ਬਾਜਵੜੀ ਡਿਊਟੀ ਲਈ ਗਈ ਹੈ ਕਿਉਂਕਿ ਉਹ ਚਾਹੁੰਦੇ ਆ ਜੀ ਕਿ ਨਵਜੋਤ ਸਿੰਘ ਸਿੱਧੂ ਵੀ ਉਹ ਵੀ ਨਾਲ ਲੈ ਕੇ ਤੁਰ ਜਾਵੇ ਹੁਣ ਇਹਦਾ ਮਤਲਬ ਇਹ ਨਹੀਂ ਵੀ ਕਾਂਗਰਸ ਦਾ ਸਰਦਾਰ ਨਹੀਂ ਇਹਦਾ ਮਤਲਬ ਇਹ ਹੈ ਕਿ ਸਤਿਕਾਰ ਦੀ ਭਾਵਨਾ ਕਾਂਗਰਸ ਦਾ ਜਿੰਨਾ ਕੁਝ ਨੁਕਸਾਨ ਦੇ ਰੂਪ ਦੇ ਵਿੱਚ ਪੰਜਾਬ ਦੇ ਅੰਦਰ ਹੋ ਗਿਆ ਇਸ ਤੋਂ ਵੱਧ ਤਾਂ ਨੁਕਸਾਨ ਵੀ ਨਹੀਂ ਹੋ ਸਕਦਾ ਉਹ ਜਕਰ ਕੋਈ ਇਹ ਗੱਲ ਕਵੇ ਜੀ ਕਿ ਮੇਰਾ ਫਲਾਣਾ ਨੁਕਸਾਨ ਨਾ ਹੋ ਜੇ ਕਾਂਗਰਸ ਦਾ ਪਹਿਲਾਂ ਹੀ ਆਲਰੇਡੀ ਹੋ ਚੁੱਕਿਆ ਸੋ ਇਸ ਕਰਕੇ ਮੈਨੂੰ ਲੱਗਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਕਾਂਗਰਸ ਨੂੰ ਬੋਚ-ਬੋਚ ਕੇ ਚੱਲਣਾ ਚਾਹੀਦਾ ਹੈ ਸੰਭਲ-ਸੰਭਲ ਕੇ ਪੈਰ ਪਟਣਾ ਚਾਹੀਦਾ ਹੈ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ ਸਮੂਹਕ ਤਾਕਤ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ ਤੇ ਪੰਜਾਬ ਦੇ ਅਸਲ ਮੁੱਦਿਆਂ ਦੀ ਬਾਤ ਪਾਉਣੀ ਚਾਹੀਦੀ ਹੈ ਜਿਹੜੀ ਬਾਤ ਸੱਤਾ ਦੇ ਵਿੱਚ ਰਹਿੰਦਿਆਂ ਨਹੀਂ ਪਾਈ ਜਾ ਸਕੀ ਵਖ-ਵਖ ਕਰਨ ਦੇ ਕਰਕੇ ਹੁਣ ਰਾਜਾ ਬੜਿੰਗ ਹੋਰਾਂ ਨੇ ਲੰਘੇ ਕੱਲ ਦੋ ਟੁਕ ਗੱਲ ਕਹੀ ਹੈ ਉਹਨਾਂ ਦੀ ਗੱਲ ਜੋ ਕਹੀ ਹੈ ਉਹਦੇ ਨਾਲ ਬਹੁ ਗਿਣਤੀ ਲੋਕ ਸਹਿਮਤ ਹੈ ਸੰਤੁਸ਼ਟ ਹੈ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜੇਕਰ ਕੋਈ ਪਾਰਟੀ ਦੀ ਲੀਡ ਦੇ ਮੁਤਾਬਕ ਚੱਲਣਾ ਚਾਹੂਗਾ ਪਾਰਟੀ ਦੇ ਫੈਸਲੇ ਦੇ ਮੁਤਾਬਕ ਚੱਲਣਾ ਚਾਹੂਗਾ ਪਾਰਟੀ ਦੇ ਆਦੇਸ਼ ਦੇ ਮੁਤਾਬਕ ਚੱਲਣਾ ਚਾਹੂਗਾ ਪਾਰਟੀ ਦੇ ਵਿੱਚ ਇਕਤਾ ਬਰਕਰਾਰ ਰੱਖਣ ਦੀ ਮਸਲ ਲੈ ਕੇ ਚੱਲਣਾ ਚਾਹੂਗਾ ਉਹਦਾ ਅਸੀਂ ਸਵਾਗਤ ਕਰਦੇ ਹਾਂ ਇਹ ਨਹੀਂ ਕਿ ਬਰਾਬਰ ਕਾਂਗਰਸ ਦੇ ਇੱਕ ਨਵੀਂ ਕਾਂਗਰਸ ਖੜੀ ਕਰ ਦਿੱਤੀ ਜਾਵੇ ਤੇ ਹਰ ਰੋਜ਼ ਕੋਈ ਨਾ ਕੋਈ ਨਵਾਂ ਟਿੰਡ ਚ ਕਾਨਾ ਪਾਇਆ ਜਾਵੇ ਕਿ ਹੁਣ ਇਉਂ ਨਹੀਂ ਹੋਣਾ ਹੁਣ ਇਉਂ ਨਹੀਂ ਹੋਣਾ ਉਹਨਾਂ ਦਾ ਇਸ਼ਾਰਾ ਨਵਜੋਤ ਸਿੰਘ ਸਿੱਧੂ ਦੇ ਵੱਲ ਹੈ ਸਿੱਧੂ ਸਾਹਿਬ ਚੋਣਾਂ ਤੋਂ ਪਹਿਲਾਂ ਵੀ ਇਹੀ ਕੁਝ ਕਰਦੇ ਸੀ ਸਿੱਧੂ ਸਾਹਿਬ ਚੋਣਾਂ ਤੋਂ ਬਾਅਦ ਵੀ ਇਹੀ ਕੁਝ ਕਰਦੇ ਆ ਸਿੱਧੂ ਸਾਹਿਬ ਨੇ ਇਹ ਗੱਲਾਂ ਕਹਿ ਕੇ ਕਿ ਆਪਣਾ ਵੀ ਤੇ ਪਾਰਟੀ ਦਾ ਵੀ ਨੁਕਸਾਨ ਕੀਤਾ ਪਹਿਲਾਂ ਤੇ ਅੱਜ ਵੀ ਉਹ ਹੀ ਗੱਲਾਂ ਕਰ ਰਹੇ ਆ ਕਦੇ ਕਦੇ ਇਉਂ ਲੱਗਦਾ ਵੀ ਸਿੱਧੂ ਸਾਹਿਬ ਨੂੰ ਪਾਰਟੀ ਦੇ ਜ਼ਾਬਤੇ ਵਿੱਚ ਚੱਲਣ ਦਾ ਵੱਲ ਹੀ ਨਹੀਂ ਕਦੇ ਕਦੇ ਇਉਂ ਲੱਗਦਾ ਕਿ ਬਹੁਤਾ ਬੋਲ ਬੋਲ ਕੇ ਉਹ ਆਪਣੀ ਕਦਰ ਘਟਾਈ ਕਰਵਾ ਚੁੱਕੇ ਆ ਬਹੁਤ ਸਾਰੇ ਸੱਜਣ ਕਹਿੰਦੇ ਆ ਕਿ ਉਹ ਇਮਾਨਦ ਅਸੀਂ ਵੀ ਮੰਨਦੇ ਆ ਕਿ ਈਮਾਨਦਾਰ ਆ ਪਰ ਈਮਾਨਦਾਰ ਦਾ ਮਤਲਬ ਇਹ ਥੋੜੀ ਹੈ ਕਿ ਬਾਅਦ ਦੇ ਵਿੱਚ ਬਾਕੀ ਸਾਰੀਆਂ ਗੱਲਾਂ ਨੂੰ ਇੱਕ ਪਾਸੇ ਕਰ ਦਿੱਤਾ ਜਾਵੇ ਈਮਾਨਦਾਰ ਹੋਣਾ ਬੰਦੇ ਦੇ ਵਿਅਕਤੀਤਵ ਦਾ ਇੱਕ ਚੰਗਾ ਗੁਣ ਆ ਪਰ ਇਹਦੇ ਨਾਲ ਅਨੁਸ਼ਾਸਨ ਦੇ ਵਿੱਚ ਰਹਿਣਾ ਵੀ ਤਾਂ ਇੱਕ ਚੰਗਾ ਗੁਣ ਆ ਇਹਦੇ ਨਾਲ ਨਾਲ ਪਾਰਟੀ ਦੀ ਦਿਸ਼ਾ ਤੇ ਦਸ਼ਾ ਨੂੰ ਸਮਝਦਿਆਂ ਚੱਲਣਾ ਵੀ ਤਾਂ ਇੱਕ ਲੀ ਦੇ ਵਿੱਚ ਬੜਾ ਚੰਗਾ ਗੁਣ ਆ ਜੇਕਰ ਆਪਾਂ ਨੂੰ ਕਾਂਗਰਸ ਜਾਂ ਸਬੰਧਤ ਕਿਸੇ ਵੀ ਨੇਤਾ ਨੂੰ ਕੋਈ ਪਾਰਟੀ ਚੰਗੀ ਨਹੀਂ ਲੱਗਦੀ ਉਹ ਦਰਕਿਨਾਰ ਕਰੇ ਉਹਨੂੰ ਉਹਨੂੰ ਪਰੇ ਕਰਕੇ ਆਪ ਬਾਹਰ ਨਿਕਲ ਕੇ ਨਵੀਂ ਪਾਰਟੀ ਖੜੀ ਕਰੇ ਇੱਕ ਬਰਾਬਰ ਲਵੱਡੀ ਲਕੀਰ ਖਿੱਚੀ ਜਾਵੇ ਇਹ ਥੋੜੀ ਵੀ ਆਪਾਂ ਰਹਿਣਾ ਵੀ ਉੱਥੇ ਹੀ ਆ ਨੁਕਸ ਵੀ ਉਹਨੇ ਚ ਕੱਢਣੇ ਆ ਹਾਈ ਕਮਾਂਡ ਦੇ ਵੱਲੋਂ ਦਿੱਤੇ ਗਏ ਫੈਸਲਿਆਂ ਦਾ ਵੀ ਅਪਮਾਨ ਕਰਨਾ ਸੋ ਇਦਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਪਰ ਰਾਜਾ ਵੜਿੰਗ ਦੇ ਵੱਲੋਂ ਜਿਹੜੀ ਦੋ ਟੁਕ ਗੱਲ ਕਹੀ ਗਈ ਹੈ ਉਹਦੇ ਨਾਲ ਬਹੁ ਗਿਣਤੀ ਲੋਕ ਇਸ ਕਰਕੇ ਸਹਿਮਤ ਆ ਵੀ دیر ਸਵੇਰ ਆ ਗੱਲ ਤਾਂ ਕਹਿਣੀ ਹੀ ਪੈਣੀ ਸੀ ਪત્રਕਾਰ ਵੀ ਸਵਾਲ ਲੈ ਕੇ ਕਈ ਪੁੱਛਦੇ ਆ ਕਿ ਕੀ ਬਣੂਗਾ ਰਾਜਾ ਵੜਿੰਗ ਹੋਰਾਂ ਨੂੰ ਪੁੱਛਿਆ ਜਾਂਦਾ ਵੀ ਨਵਜੋਤ ਸਿੰਘ ਸਿੱਧੂ ਕਿੱਥੇ ਆ ਕੱਲ ਨੂੰ ਸਿੱਧੂ ਹੋਰਾਂ ਨੂੰ ਪੁੱਛਿਆ ਜਾਊਗਾ ਵੀ ਕੀ ਤੁਸੀਂ ਰਾਜਾ ਵੜਿੰਗ ਦੀ ਪ੍ਰਧਾਨਗੀ ਤੋਂ ਸੰਤੁਸ਼ਟ ਹੋ ਸੋ ਇਹਨਾਂ ਗੱਲਾਂ ਦੇ ਉੱਤਰ ਰਾਜਾ ਵੜਿੰਗ ਨੇ ਪੈੰਦੀ ਸੱਟੇ ਦੇ ਦਿੱਤੇ ਆ ਤੇ ਇੱਕ ਜਾਣਕਾਰੀ ਹੋਰ ਦੇਣੀ ਵੜਦੀ ਆ ਕਿ 22 ਅਪ੍ਰੈਲ ਨੂੰ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਦੇ ਵਿੱਚ ਰਾਜਾ ਵੜਿੰਗ ਨੇ ਆਪਣੇ ਅਹੁਦੇ ਨੂੰ ਸੰਭਾਲਣਾ ਜਿਹਨੂੰ ਆਪਾਂ ਤਾਜਪੋਸ਼ੀ ਵੀ ਕਹਿ ਸਕਦੇ ਆ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਪੜੀ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਵਿੜਿੰਗ ਨੇ ਪਹਿਲੀ ਵਾਰ ਨਵਜੋਤ ਸਿੰਘ ਸਿੱਧੂ ਦੇ ਉੱਤੇ ਚੁੱਪ ਤੋੜੀ ਹੈ ਸਿੱਧੂ ਦੀਆਂ ਤਾਬੜ ਤੋੜ ਮੀਟਿੰਗਾਂ ਦੇ ਸਵਾਲ ਦੇ ਉੱਤੇ ਵਿੜਿੰਗ ਨੇ ਕਿਹਾ ਕਿ ਮੀਟਿੰਗਾਂ ਕੋਈ ਵੀ ਕਰ ਸਕਦਾ ਹੈ ਪਰ ਮੁੱਦਾ ਕਾਂਗਰਸ ਨੂੰ ਮਜ਼ਬੂਤ ਕਰਨਾ ਹੋਣਾ ਚਾਹੀਦਾ ਕਿਸੇ ਵਿਅਕਤੀ ਵਿਸ਼ੇਸ਼ ਨੂੰ ਮਜ਼ਬੂਤ ਕਰਨਾ ਨਹੀਂ ਲੁਧਿਆਣਾ ਦੇ ਵਿੱਚ ਕਾਂਗਰਸੀ ਨੇਤਾਵਾਂ ਦੇ ਨਾਲ ਮੀਟਿੰਗ ਤੋਂ ਬਾਅਦ ਵਿੜਿੰਗ ਨੇ ਕਿਹਾ ਕਾਂਗਰਸ ਦੇ ਵਿੱਚ ਸਭ ਨੂੰ ਨਾਲ ਲੈ ਕੇ ਚੱਲਣਾ ਜ਼ਰੂਰੀ ਹੈ ਮੈਨੂੰ ਕੋਈ ਇਤਰਾਜ਼ ਨਹੀਂ ਕਿ ਕੋਈ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਲਈ ਮੀਟਿੰਗਾਂ ਦਰ ਮੀਟਿੰਗਾਂ ਕਰਦਾ ਹੈ ਵੜੇਗਨੇ ਇਹ ਵੀ ਸਪਸ਼ਟ ਕੀਤਾ ਕਿ ਕਾਂਗਰਸ ਦੇ ਵਿੱਚ ਸੰਗਠਨ ਦੇ ਬਰਾਬਰ ਯਾਨੀ ਕਿ ਪੈਰਲਲ ਕੋਈ ਸਿਸਟਮ ਨਹੀਂ ਚੱਲੇਗਾ ਨਵਜੋਤ ਸਿੰਘ ਸਿੱਧੂ ਨੇ ਵੀਰਵਾਰ ਨੂੰ ਗਵਰਨਰ ਬੀ ਐਲ ਪ੍ਰੋਹਤ ਯਾਨੀ ਕਿ ਬਨਵਾਰੀ لال ਪ੍ਰੋਹਤ ਦੇ ਨਾਲ ਮਿਲਣ ਦੀ ਤਿਆਰੀ ਕਰ ਲਈ ਹੈ ਸਿੱਧੂ ਦੇ ਨਾਲ ਕੁੱਲ ਤਿੰਨ ਮੈਂਬਰੀ ਪ੍ਰਤੀਨਿਧ ਮੰਡਲ ਹੋਵੇਗਾ ਜੀਰੇ ਵਿੱਚ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਯਾਨੀ ਕਿ ਕਾਨੂੰਨ ਵਿਵਸਥਾ ਤੇ ਬਿਜਲੀ ਦਾ ਮੁੱਦਾ ਚੁੱਕਿਆ ਜਾਵੇਗਾ ਬਿਜਲੀ ਨੂੰ ਲੈ ਕੇ ਇੱਕ ਪਾਸੇ ਪੰਜਾਬ ਦੇ ਵਿੱਚ ਸੰਕਟ ਪੈਦਾ ਹੋ ਗਿਆ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਦੇ ਫੈਸਲੇ ਨੂੰ ਲੈ ਕੇ ਜਨਰਲ ਕੈਟਾਗਰੀ ਦੇ ਵਿੱਚ ਰੋਸ ਪੈਦਾ ਹੋਇਆ ਇੱਥੇ ਵੀ ਨਸਰਾ ਮੰਨਦਾ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਖੁਦ ਜ਼ਮਾਨੀ ਲੈ ਰਹੇ ਇਹਦਾ ਜ਼ਿੰਮੇਵਾਰ ਚਰਨਜੀਤ ਸਿੰਘ ਚੰਨੀ ਦੇ ਸਿਰ ਮੜ ਰਹੇ ਨੇ ਉਹਨਾਂ ਦਾ ਇਹ ਵੀ ਤਰਕ ਹੈ ਕਿ ਮੁੱਖ ਮੰਤਰੀ ਚਿਹਰਾ ਜਿਹਨੂੰ ਬਣਾਇਆ ਗਿਆ ਉਸੇ ਦੀ ਜ਼ਿੰਮੇਵਾਰੀ ਹੁੰਦੀ ਹੈ ਸੋ ਦੂਜੇ ਪਾਸੇ ਆੰਦਰ ਰਸਤੇ ਇੱਕ ਹਿੱਸੇ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜਿੰਨਾ ਨੁਕਸਾਨ ਸਾਡਾ ਹੁਣ ਹੋ ਚੁੱਕਿਆ ਉਸ ਤੋਂ ਬਾਅਦ ਸਭ ਨੂੰ ਇੱਕ ਸੁਰਤਾ ਦੇ ਵਿੱਚ ਆਉਣਾ ਚਾਹੀਦਾ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਨਵਜੋਤ ਸਿੰਘ ਸਿੱਧੂ ਨੂੰ ਹੁਣ ਸਬਕ ਲੈਣਾ ਚਾਹੀਦਾ ਬਹੁਤ ਸਾਰੇ ਨੇਤਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹੋ ਜਿਹੇ ਆ ਜਿਹੜੇ ਕਿ ਬਹੁਤ ਚੰਗੇ ਬੁਲਾਰੇ ਸੀ ਪਰ ਚੰਗੇ ਬੁਲਾਰੇ ਹੋਣ ਦੇ ਬਾਵਜੂਦ ਉਹ ਰਾਜਨੀਤਿਕ ਹਸ਼ੀਏ ਦੇ ਵਿੱਚੋਂ ਪਰੇ ਹੋ ਗਏ ਕਿਉਂਕਿ ਉਹਨਾਂ ਨੇ ਕਦੇ ਸੰਭਲ ਕੇ ਨਹੀਂ ਬੋਲਿਆ ਉਹ ਜਿਹੜੀ ਵੀ ਪਾਰਟੀ ਦੇ ਵਿੱਚ ਗਏ ਉਸੇ ਪਾਰਟੀ ਨਾਲ ਆੜਾ ਲਿਆ ਤੇ ਉਹਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਹੋਇਆ ਅੱਜ ਸਿੱਧੂ ਸਾਹਿਬ ਇਹ ਗੱਲ ਕਹਿ ਰਹੇ ਆ ਜੀ ਕਿ ਮੇਰਾ ਕਸੂਰ ਨਹੀਂ ਫਲਾਣੇ ਫਲਾਣੇ ਦਾ ਜ਼ਮਾ ਅੱਦੇ ਕਾਂਗਰਸੀ ਕਹਿੰਦੇ ਕਿ ਸਿੱਧੂ ਸਾਹਿਬ ਦਾ ਜ਼ਮਾ ਕਈ ਇਹ ਗੱਲ ਕਹਿੰਦੇ ਹਾਰ ਦਾ ਜ਼ਮਾ ਚੰਨੀ ਦੇ ਸਰ ਅਸੀਂ ਮੜਦੇ ਕਈ ਲੋਕ ਇਹ ਗੱਲ ਕਹਿੰਦੇ ਜੀ ਕਿ ਜਾਖੜ ਹੋਣਾ ਨਹੀਂ ਜ਼ਿੰਮੇਵਾਰੀ ਹੈ ਪਰ ਹੁਣ ਉਹ ਵੇਲਾ ਨਿਕਲ ਗਿਆ ਹੁਣ ਸੱਪ ਲੰਗਣ ਤੋਂ ਬਾਅਦ ਲੀ ਕੁੱਟੇ ਦਾ ਫਾਇਦਾ ਕੋਈ ਨਹੀਂ ਸੋ ਇਸ ਕਰਕੇ ਸਿੱਧੂ ਹੋਰਾਂ ਨੂੰ ਜ਼ਾਬਤੇ ਦੇ ਵਿੱਚ ਰਹਿਣਾ ਬੜੀ ਵੱਡੀ ਜ਼ਰੂਰਤ ਹੈ ਸਾਰਿਆਂ ਦੇ ਲਈ ਜ਼ਰੂਰਤ ਹੈ ਇਹ ਰਾਜਾ ਵਿੜਿੰਗ ਦੇ ਉੱਤੇ ਵੀ ਗੱਲ ਲਾਗੂ ਹੁੰਦੀ ਹੈ ਇਹ ਚੰਨੀ ਹੋਰਾਂ ਦੇ ਉੱਤੇ ਵੀ ਹੁੰਦੀ ਹੈ ਜਿਹੜਾ ਵੀ ਜਿਹੜੀ ਪਾਰਟੀ ਦੇ ਵਿੱਚ ਨੇਤਾ ਹੈ ਉਹ ਭਾਵੇਂ ਸਾਬਕਾ ਹੋ ਗਿਆ ਕਿਸੇ ਅਹੁਦੇ ਤੋਂ ਭਾਵੇਂ ਵਰਤਮਾਨ ਅਹੁਦੇ ਦੇ ਉੱਤੇ ਆ ਉਹਦੇ ਲਈ ਇਹ ਗੱਲ ਜ਼ਰੂਰੀ ਹੈ ਕਿ ਉਹ ਜ਼ਾਬਤੇ ਦੇ ਵਿੱਚ ਰਹੇ ਪਰ ਜੇਕਰ ਜ਼ਾਬਤੇ ਦੇ ਵਿੱਚ ਰਹਿਣਾ ਸਾਡੇ ਲਈ ਮੁਸ਼ਕਲ ਹੈ ਜੇਕਰ ਸਾਨੂੰ ਜ਼ਾਬਤੇ ਦੇ ਵਿੱਚ ਰਹਿਣ ਦਾ ਵੱਲ ਨਹੀਂ ਆਉਂਦਾ ਤਾਂ ਫਿਰ ਬੜੇ ਮਾਨਸਨਮਾਨ ਦੇ ਨਾਲ ਪਾਰਟੀ ਤੋਂ ਦਰਕਰਨ ਹੋ ਜਾਣਾ ਚਾਹੀਦਾ ਅਲਵਿਦਾ ਕਹਿ ਦੇਣਾ ਚਾਹੀਦਾ ਰਾਜਾ ਬੜਿੰਗ ਨੇ ਜਿਹੜੀ ਗੱਲ ਕਹੀ ਹੈ ਕਿ ਪਾਰਟੀ ਦੇ ਪੈਰਲ ਕੋਈ ਪਾਰਟੀ ਨਹੀਂ ਚੱਲੂਗੀ ਇੱਕ ਬੜੀ ਵਧੀਆ ਗੱਲ ਕਹੀ ਗਈ ਹੈ ਕਿ ਅੱਜ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਦੋ ਤਿੰਨ ਕਾਂਗਰਸਾਂ ਚੱਲੀ ਜਾਂਦੀਆਂ ਤੇ ਜਦੋਂ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਸੀ ਦੋ ਤਿੰਨ ਕਾਂਗਰਸਾਂ ਹੀ ਉਹ ਚੱਲਦੀਆਂ ਸੀ ਇੱਕ ਕਾਂਗਰਸ ਦਾ ਇਸ ਵੇਲੇ ਬੁਰਾ ਹਾਲ ਹੋਇਆ ਪਿਆ ਤੇ ਵਿੱਚੋਂ ਇੱਕ ਕਾਂਗਰਸ ਹੋਰ ਨਿਕਲ ਕੇ ਬਰਾਬਰ ਖੜੀ ਹੋ ਰਹੀ ਹੈ ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਨੂੰ ਪਰੇ ਕਰਕੇ ਕਾਂਗਰਸਾਂ ਨੂੰ ਇਕਜੁੱਟ ਹੋ ਕੇ ਤੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਸਮੂਹਕ ਹਮਲਾ ਮਾਰਨਾ ਚਾਹੀਦਾ ਜੇਕਰ ਇਕੱਲੇ-ਇਕੱਲੇ ਜ਼ੋਰ ਲਾਉਣਗੇ ਵਟਿਆ ਫੇਰ ਨਹੀਂ ਕੁਝ ਜਾਣਾ ਹਰੇ ਕਾਂਗਰਸ ਹਾਈ ਕਮਾਂਡ ਨੇ ਗੱਲ ਕਹੀ ਹੈ ਕਿ 2024 ਦੇ ਵਿੱਚ ਅਸੀਂ ਕਮਾਲ ਕਰਾਂਗੇ ਮੈਂ ਅੱਜ ਹੀ ਇੱਕ ਰਿਪੋਰਟ ਪੜ੍ਹ ਕੇ ਹਟਿਆ ਉਹਦੇ ਵਿੱਚ ਇਹ ਗੱਲ ਲਿਖੀ ਗਈ ਸੀ ਕਿ ਸ਼ਾਇਦ ਪ੍ਰਸ਼ਾਂਤ ਕਿਸ਼ੋਰ ਨੇ ਜਿਹੜੇ ਪੀਕੇ ਜਿਹੜੇ ਕਿ ਰਣਨੀਤੀ ਘਾੜੇ ਨੇ ਚੋਣਾਂ ਦੇ ਲਈ ਉਹ ਪੱਕੇ ਤੌਰ ਦੇ ਉੱਤੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਜਾਣ ਕਹਿੰਦੀ ਹੈ ਵੀ ਸੀਨੀਅਰ ਕਾਂਗਰਸੀ ਨੇਤਾਵਾਂ ਨੇ ਜਿਹੜੇ ਕਿ ਵੱਡੇ ਕਾਂਗਰਸੀ ਨੇਤਾ ਹਾਈ ਕਮਾਂਡ ਦੇ ਨਾਲ ਸਿੱਧੀ ਗੱਲ ਕਰਨ ਵਾਲੇ ਉਹਨਾਂ ਨੇ ਕਿਹਾ ਜੀ ਕਿ ਹਫ਼ਤੇ 10 ਦਿਨ ਦੇ ਵਿੱਚ ਅਸੀਂ ਇਹ ਤੈਅ ਕਰਾਂਗੇ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਕਿ ਨਹੀਂ ਮੈਂ ਇਹ ਸੋਚਦਾ ਜੀ ਕਿ ਹਾਲੇ ਵੀ ਆਪਾਂ ਵਿਚਾਰਾਂ ਕਰਾਂਗੇ ਆਪਣੇ ਕੋਲੇ ਗਵਾਉਣ ਨੂੰ ਹੋਰ ਬਾਕੀ ਕੀ ਬਚਿਆ ਕਿੰਨੇ ਕੁ ਸੂਬਿਆਂ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਕਿੱਥੇ ਕਿ ਟੱਕਰ ਦੇਣ ਦੇ ਆਪਾਂ ਸਮਰੱਥਾ ਸੋ ਆਉਂਦੇ ਸਮੇਂ ਦੇ ਵਿੱਚ ਕਾਂਗਰਸ ਨੂੰ ਬਹੁਤ ਕੁਝ ਸੋਚਣਾ ਵਿਚਾਰਨਾ ਪਊਗਾ ਤੇ ਜੇਕਰ ਕੱਲੇ ਪੰਜਾਬ ਦੀ ਗੱਲ ਕਰਦੇ ਆ ਪਹਿਲਾਂ ਪੰਜਾਬ ਦੇ ਵਿੱਚ ਏਕਾ ਦਿਖਾਈਏ ਬਾਅਦ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਏਕੇ ਦੀ ਮਿਸਾਲ ਪੈਦਾ ਹੋ ਸਕਦੀ ਹੈ ਕੁਝ ਦਿਨ ਪਹਿਲਾਂ ਅਸੀਂ ਇਸੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਕਿ ਆਉਂਦੇ ਸਮੇਂ ਦੇ ਵਿੱਚ ਐਸਵਾਈਐਲ ਦੇ ਮਾਮਲੇ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਘੇਰਾ ਪਾਓ ਤੇ ਹੁਣ ਉਹ ਪੈ ਗਿਆ ਕਿਉਂਕਿ ਐਸਵਾਈਐਲ ਦੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਨੇ ਸੁਸ਼ੀਲ ਗੁਪਤਾ ਉਹਨਾਂ ਦੇ ਵੱਲੋਂ ਇੱਕ ਵੱਲੀ ਗੱਲ ਕਹਿ ਦਿੱਤੀ ਗਈ ਹੈ ਉਹ ਕਹਿੰਦੇ ਕਿ ਜਦੋਂ ਹਰਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤਾਂ ਐਸਵਾਈਐਲ ਦਾ ਪਾਣੀ ਹਰਿਆਣੇ ਦੇ ਪਿੰਡ ਪਿੰਡ ਦੇ ਵਿੱਚ ਖੇਤ ਖੇਤ ਦੇ ਵਿੱਚ ਪਹੁੰਚਦਾ ਕੀਤਾ ਜਾਊਗਾ ਇਹਦੇ ਉੱਤੇ ਸਾਡਾ ਹੱਕ ਵੀ ਹੈ ਤੇ ਇਹ ਜਿਹੜਾ ਐਸਵਾਈਐਲ ਦਾ ਪਾਣੀ ਇਹ ਪੰਜਾਬ ਦੇ ਵਿੱਚੋਂ ਆਊਗਾ ਜਿਹੜਾ ਤੇ ਇਹ ਹਰਿਆਣੇ ਦੇ ਖੇਤਾਂ ਨੂੰ ਹਰਿਆਲੀ ਦੇਊਗਾ ਹਰਿਆਣੇ ਦੇ ਵਿੱਚ ਕਮਾਲ ਹੋਊਗੀ ਹਰਿਆਣੇ ਦੇ ਖੇਤਾਂ ਦੀ ਸਿੰਚਾਈ ਹੋਇਆ ਕਰੂਗੀ ਹੁਣ ਪੰਜਾਬ ਦੇ ਵਿੱਚ ਆਮ ਆदमी ਪਾਰਟੀ ਦੇ ਕਈ ਨੇਤਾ ਇਹ ਗੱਲ ਕਹਿੰਦੇ ਆ ਵਹ ਤਾਂ ਸਾਰੇ ਹੀ ਕਹਿੰਦੇ ਇਕਸਰ ਹੋ ਕੇ ਕਿ ਭਾਈ ਇਧਰ ਸਾਡੇ ਕੋਲੇ ਪਾਣੀ ਉਨਾ ਹੈ ਨਹੀਂ ਵਾਧੂ ਮਾਤਰਾ ਦੇ ਵਿੱਚ ਅਸੀਂ ਪੰਜਾਬ ਦਾ ਪਾਣੀ ਇੱਕ ਬੂੰਦ ਵੀ ਕਿਸੇ ਹੋਰ ਸੂਬੇ ਨੂੰ ਨਹੀਂ ਦੇਣਾ ਕਿਉਂਕਿ ਸਾਡੇ ਕੋਲੇ ਤਾਂ ਆਪਣੀਆਂ ਲੋੜਾਂ ਦੇ ਮੁਤਾਬਕ ਵੀ ਪਾਣੀ ਹੈ ਨਹੀਂ ਹਰਿਆਣੇ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਆ ਆਮ ਆਦਮੀ ਪਾਰਟੀ ਦੇ ਨੇਤਾ ਦੇ ਵੱਲੋਂ ਕਿ ਭਾਈ ਸਾਡੀ ਸਰਕਾਰ ਆ ਗਈ ਅਸੀਂ ਪਾਣੀ ਲੈ ਕੇ ਰਵਾਂਗੇ ਅਸੀਂ ਇੱਥੇ ਖੇਤਾਂ ਨੂੰ ਪਾਣੀ ਲਗਦਾ ਕਰ ਦੇਾਂਗੇ ਦਿੱਲੀ ਦੇ ਵਿੱਚ ਹੋਰ ਗੱਲ ਹਰਿਆਣੇ ਦੇ ਵਿੱਚ ਹੋਰ ਗੱਲ ਪੰਜਾਬ ਦੇ ਵਿੱਚ ਹੋਰ ਗੱਲ ਤੇ ਇਸ ਗੱਲ ਦੇ ਉੱਤੇ ਬਹੁਤ ਵੱਡਾ ਪਰੋਲ ਬਣ ਗਿਆ ਤੇ ਹੁਣ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਨੂੰ ਘੇਰਾ ਪਾਣਾ ਸ਼ੁਰੂ ਕੀਤਾ ਹੈ ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ ਸਤਲੁਜ ਜਮਨਾ ਲਿੰਕ ਡੈਰ ਉੱਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਹਰਿਆਣਾ ਦੇ ਲੋਕਾਂ ਨੂੰ ਐਸਵਾਈਐਲ ਦੀ ਗਰੰਟੀ ਦਿੱਤੀ ਹੈ ਸੁਸ਼ੀਲ ਗੁਪਤਾ ਨੇ ਕਿਹਾ ਕਿ ਆਪ ਸਰਕਾਰ ਬਣਨ ਤੇ ਹਰਿਆਣਾ ਨੂੰ ਐਸਵਾਈਐਲ ਦਾ ਪਾਣੀ ਮਿਲੇਗਾ ਇਨਾ ਹੀ ਨਹੀਂ ਉਹਨਾਂ ਨੇ ਦਾਅਵਾ ਕੀਤਾ ਕਿ ਹਰ ਪਿੰਡ ਦੇ ਵਿੱਚ ਐਸਵਾਈਐਲ ਨਹਿਰ ਦਾ ਪਾਣੀ ਪਹੁੰਚੇਗਾ ਤੇ ਸੂਬੇ ਦੇ ਹਰ ਖੇਤ ਨੂੰ ਪਾਣੀ ਮਿਲੇਗਾ ਗੁਪਤਾ ਨੇ ਕਿਹਾ ਕਿ ਕੋਈ ਵੀ ਪਾਰਟੀ ਐਸਵਾਈਐਲ ਦਾ ਹੱਲ ਨਹੀਂ ਚਾਹੁੰਦੀ ਉਹਨਾਂ ਨੇ ਕਿਹਾ ਕਿ ਇਸ ਦਾ ਹੱਲ ਵੀ ਆਮ ਆਦਮੀ ਪਾਰਟੀ ਹੀ ਕਰੇਗੀ ਇਸ ਤੋਂ ਪਹਿਲਾਂ ਗੁਪਤਾ ਨੇ ਦਾਅਵਾ ਕੀਤਾ ਸੀ ਕਿ 2024 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤੇ ਦਿੱਲੀ ਵਾਂਗ ਹਰਿਆਣੇ ਵਿੱਚ ਚੰਗੇ ਸਕੂਲ ਚੰਗੀ ਸਿੱਖਿਆ ਹਸਪਤਾਲ ਤੇ ਮੁਫਤ ਬਿਜਲੀ ਦੀ ਸਹੂਲਤ ਮਿਲੇਗੀ ਇਹ ਸਹੂਲਤ ਪੰਜਾਬ ਦੇ ਵਿੱਚ ਵੀ ਹੈ ਤੇ ਹਰਿਆਣੇ ਦੇ ਵਿੱਚ ਵੀ ਇਹਨੂੰ ਲਾਗੂ ਕੀਤਾ ਜਾਵੇਗਾ ਇਸ ਖਬਰ ਦੇ ਉੱਤੇ ਟਿੱਪਣੀ ਕਰਨ ਲਈ ਦੋਸਤੋ ਪਹਿਲੀ ਗੱਲ ਤਾਂ ਸਹੀ ਕਹਾਂਗੇ ਆਮ ਆਰਮੀ ਪਾਰਟੀ ਦੇ ਵੱਖ-ਵੱਖ ਆਗੂਆਂ ਨੂੰ ਪਹਿਲਾਂ ਵੱਖ-ਵੱਖ ਮੁੱਦਿਆਂ ਦੇ ਉੱਤੇ ਇੱਕ رائے ਬਣਾ ਲੈਣੀ ਚਾਹੀਦੀ ਹੈ ਇਕਮਤ ਹੋਣ ਦੀ ਜ਼ਰੂਰਤ ਹੈ ਇਹ ਨਹੀਂ ਕਿ ਪੰਜਾਬ ਦੇ ਵਿੱਚ ਉਸੇ ਪਾਰਟੀ ਦਾ ਦਿੱਤਾ ਕੁਝ ਹੋਰ ਕਹੀ ਜਾਵੇ ਤੇ ਹਰਿਆਣੇ ਦੇ ਵਿੱਚ ਕੁਝ ਹੋਰ ਕਹੇ ਇਸ ਮਾਮਲੇ ਦੇ ਉੱਤੇ ਰਾਜਾ ਵੜਿੰਗ ਨੇ ਭਗਵੰਤ ਮਾਨ ਨੂੰ ਸਵਾਲ ਵੀ ਕਰ ਲਿਆ ਕਿ ਮਾਨ ਸਾਹਿਬ ਇਸ ਗੱਲ ਦਾ ਉੱਤਰ ਦਿਓ ਕਿ ਪੰਜਾਬ ਵਾਲੀ ਗੱਲ ਤੁਹਾਡੀ ਮੰਨेंगे ਵੀ ਭਾਈ ਤੁਹਾਡੇ ਕੋਲੇ ਆਪਣੇ ਕੋਲੇ ਪੰਜਾਬ ਦੇ ਵਿੱਚ ਪਾਣੀ ਦੀ ਇੱਕ ਬੂੰਦ ਵੀ ਵਾਧੂ ਹੈ ਨਹੀਂ ਜਾਂ ਫਿਰ ਤੁਹਾਡੀ ਹੀ ਪਾਰਟੀ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਦੀ ਗੱਲ ਮੰਨੀਏ ਵੀ ਪਾਣੀ ਇੱਧਰ ਵਧੂਗਾ ਤੇ ਹਰਿਆਣੇ ਨੂੰ ਪਾਣੀ ਆਪ ਦੇ ਦੇਣਾ ਤੇ ਜਾਂ ਫਿਰ ਇਸ ਮਾਮਲੇ ਦੇ ਉੱਤੇ ਤੁਸੀਂ ਇੱਕ ਸੁਰ ਨਹੀਂ ਇਹਦੇ ਬਾਰੇ ਲੋਕਾਂ ਨੂੰ ਜਨਤਾ ਨੂੰ ਵੋਟਰਾਂ ਨੂੰ ਸਪਸ਼ਟ ਕਰ ਰਹੇ ਦਿਓ ਹਾਲੇ ਇਸ ਮਾਮਲੇ ਦੇ ਉੱਤੇ ਹੋਰ ਘੇਰਾ ਪੈਣਾ ਆਉਂਦੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਉੱਤੇ ਬੜੇ ਵੱਡੇ ਵੱਡੇ ਸਵਾਲ ਉੱਠਣੇ ਆ ਲੰਘੇ ਕੱਲ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੱਕ ਸੀਨੀਅਰ ਨੇਤਾ ਨੇ ਇਹ ਗੱਲ ਕਹੀ ਹੈ ਉਹ ਕਹਿੰਦੇ ਜੀ ਕਿ ਸੁਸ਼ੀਲ ਗੁਪਤਾ ਘੁਰਾਨੀ ਇਹ ਬਿਆਨ ਕਿਹੜੇ ਆਧਾਰ ਦੇ ਉੱਤੇ ਦਿੱਤਾ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਪਰ ਹਾਂ ਪੰਜਾਬ ਦੇ ਵਿੱਚੋਂ ਪਾਣੀ ਦੀ ਇੱਕ ਬੂੰਦ ਵੀ ਅਸੀਂ ਹੋਰ ਕਿਸੇ ਪਾਸੇ ਹੋਰ ਸੂਬੇ ਨੂੰ ਨਹੀਂ ਜਾਣ ਦੇਣੀ ਮਤਲਬ ਕਹਿਣ ਦਾ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਅਸੀਂ ਜਿਹੜੀ ਸੋਚ ਰੱਖਦੇ ਆਂ ਜਿਹੜੇ ਵਿਚਾਰ ਰੱਖਦੇ ਆਂ ਉਹ ਪੰਜਾਬ ਤੋਂ ਥੋੜੀ ਜਿਹੀ ਦੂਰ ਬਾਹਰ ਜਾ ਕੇ ਤੇ ਸਾਡੀ ਪਾਰਟੀ ਦੇ ਹੀ ਨੇਤਾ ਹੋਰ ਵਿਚਾਰ ਕਿਉਂ ਅਪਣਾ ਲੈਂਦੇ ਸਵਾਲ ਇਹ ਆ ਇਸ ਤੋਂ ਪਹਿਲਾਂ ਵੀ ਕੇਜਰੀਵਾਲ ਹੋਰਾਂ ਨੇ ਉੱਤੇ ਸਵਾਲ ਉੱਠਿਆ ਸੀ ਕਿ ਪੰਜਾਬ ਦੇ ਵਿੱਚ ਅਸੀਂ ਪੰਜਾਬ ਦੇ ਪਾਣੀ ਦੀ ਗੱਲ ਤੇ ਦਿੱਲੀ ਦੇ ਵਿੱਚ ਜਾ ਕੇ ਗੱਲ ਕਹਦੇ ਕਿ ਸਾਨੂੰ ਪਾਣੀ ਦੀ ਲੋੜ ਹੈ ਤੁਸੀਂ ਲੈ ਕੇ ਰਵਾਂਗੇ ਸੋ ਇਦਾਂ ਦੀਆਂ ਗੱਲਾਂ ਕਈ ਵਾਰ ਸਾਹਮਣੇ ਆਈਆਂ ਇਸ ਮਾਮਲੇ ਦੇ ਉੱਤੇ ਭਗਵੰਤ ਮਾਨ ਹੋਰੀ ਕੀ ਸਪਸ਼ਟੀ ਕਰ ਦਿੰਦੇ ਆ ਕਿ ਆਪਣਾ ਉਤਰ ਪੇਸ਼ ਕਰਨਗੇ ਕਿ ਉਹਨਾਂ ਦਾ ਸਟੈਂਡ ਹੋਊਗਾ ਕਿ ਉਹ ਰਾਜ ਸਭਾ ਦੇ ਮੈਂਬਰ ਜਿਹੜੇ ਸੁਸ਼ੀਲ ਗੁਪਤਾ ਉਹਨਾਂ ਦੇ ਬਿਆਨ ਨੂੰ ਗਲਤ ਕਰਾਰ ਦੇਣਗੇ ਇਹ ਆਉਣ ਵਾਲੇ ਸਮੇਂ ਦੇ ਨਾਲ ਜੁੜੀ ਹੋਈ ਗੱਲ ਹੈ ਵਕਤ ਦੱਸੂਗਾ ਕਿ ਆਮ ਆਦਮੀ ਪਾਰਟੀ ਇਸ ਮਾਮਲੇ ਤੇ ਕਿਹੜਾ ਮੋੜ ਕੱਟਦੀ ਹੈ ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ ਪਰ ਜੋ ਵਕਤ ਦੀ ਘਾਟ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ